ਬੁੱਧ ਦੀ ਜਿਹੜੀ ਆ ਮਦਰ ਟੰਗ ਆ ਮਾਂ ਬੋਲੀ ਆ ਉਹ ਪਾਲੀ। ਅਸ਼ੋਕ ਵੇਲੇ ਇੱਕ ਉਹਦੀ ਆਪਣੀ ਸੀ ਤੇ ਇੱਕ ਖਰੋਟੀ, ਦੋ ਲਿਪੀਆਂ ਸਾਨੂੰ ਮਿਲਦੀਆਂ ਨੇ ਅਸ਼ੋਕ ਦੀਆਂ। ਆਰੀਆ ਲੋਕ ਜਿਹੜੇ ਇੱਥੋਂ ਹੀ ਗਏ ਸਨ ਤੇ ਇੱਥੇ ਹੀ ਫਿਰ ਮੁੜ ਕੇ ਆ ਗਏ ਨੇ ਜੀ। ਇਹ ਧਰਮ ਜਿਹੜਾ ਆ ਚਾਰ ਵਰਨਾਂ ਦਾ, ਇਹ ਆਰੀਆ ਲੋਕਾਂ ਦਾ ਚਲਾਇਆ ਹੋਇਆ ਇੱਥੇ ਦੇ ਇੰਡੀਆ ਦੇ ਲੋਕਾਂ ਦਾ ਨਹੀਂ ਹੈ। ਉਹ ਮਨੂ ਜਿਹੜਾ ਸੀ ਉਹ ਦੇਸੀ ਬੰਦਾ ਸੀ ਸਾਡੇ, ਜਿਹੜੇ ਪਾਲੀ ਜਿਹੜੀ ਆ ਜਦੋਂ ਅਸ਼ੋਕ ਦਾ ਰਾਜ ਹੋਇਆ ਉਹਨੇ ਬੁੱਧ ਧਰਮ ਅਡਾਪਟ ਕਰ ਲਿਆ ਅਤੇ ਬੁੱਧ ਦੀ ਜਿਹੜੀ ਆ ਮਦਰ ਟੰਗ ਆ ਮਾਂ ਬੋਲੀ ਰਾਈਜ਼ ਡੈਵਿਡ ਦੇ ਅਨੁਸਾਰ ਪਾਲੀ ਹੈ ਜਿਹੜੀ ਕਿ ਉਹਨਾਂ ਦੇ ਬਜ਼ੁਰਗਾਂ ਦੀ ਬੋਲੀ ਸੀ। ਉਹਨੂੰ ਜਦੋਂ ਉਹਨਾਂ ਦਾ ਰਾਜ ਖਤਮ ਹੋਇਆ ਸੰਸਕ੍ਰਿਤ ਫੇਰ ਆ ਗਈ ਇੱਥੇ ਵਿਦਰਭ ਦਾ, ਅਤੇ ਪੰਜਾਬ ਦੇ ਲੋਕਾਂ ਨੇ ਵੀ ਬਗਾਵਤ ਕੀਤੀ ਉਹ ਸੈਂਟਰ ਦੇ ਖਿਲਾਫ਼। ਇੱਥੇ ਉਦੰਬਰਾਂ ਦਾ ਰਾਜ ਹੋਇਆ, ਸਾਨੂੰ ਉਹਨਾਂ ਦੇ ਸਿੱਕੇ ਮਿਲਦੇ ਨੇ, ਆਰਕਿਓਲੋਜੀ ਵਾਲਿਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਉਦੰਬਰ ਰਾਜਿਆਂ ਬਾਰੇ ਪਤਾ ਨਹੀਂ ਲੱਗਦਾ ਉਹ ਕੌਣ ਸੀ। ਕਨਿਕਮ ਦਾ ਵੀ ਇਹ ਵਿਚਾਰ ਆ ਵੀ ਮੈਂ ਵੀ ਕਹਿੰਦਾ ਬੜੀ ਕੋਸ਼ਿਸ਼ ਕੀਤੀ ਆ ਉਹ ਉਦੰਬਰਾਂ ਬਾਰੇ ਜਾਣਕਾਰੀ ਮਿਲ ਜਾਵੇ ਜੀ। ਉਹਨਾਂ ਦੇ ਜਿਹੜੇ ਸਿੱਕੇ ਨੇ ਉਹ ਮਿਲਦੇ ਨੇ, ਆਰਕਿਓਲੋਜੀ ਵਾਲਿਆਂ ਨੂੰ ਮਿਲੇ ਨੇ, ਅਤੇ ਇੱਕ ਸੱਜਣ ਨੇ ਹੋਰ ਵੀ ਦਾਅਵਾ ਕੀਤਾ ਕਿ ਮੇਰੇ ਕੋਲ ਵੀ ਕਾਫ਼ੀ ਖਰੋਸ਼ਟੀ ਲਿਪੀ ਵਿੱਚੋਂ ਲਿਖੇ ਹੋਏ ਹੈ ਮੇਰੇ ਕੋਲ ਜੀ। ਇਹ ਵੀ ਹੈ ਕਿਉਂਕਿ ਜਿਹੜਾ ਰਾਜਾ ਹੁੰਦਾ ਹੈਗਾ ਉਹ ਦੇਖਦਾ ਕਿ ਮੈਨੂੰ ਕਿਹੜੀ ਲਿਪੀ ਜਾਂ ਕਿਹੜੀ ਬੋਲੀ ਜਿਹੜੀ ਆ ਸੂਤ ਬੈਠਦੀ ਆ। ਅਸ਼ੋਕ ਵੇਲੇ ਇੱਕ ਉਹਦੀ ਆਪਣੀ ਸੀ ਅਤੇ ਇੱਕ ਖਰੋਟੀ, ਦੋ ਲਿਪੀਆਂ ਸਾਨੂੰ ਮਿਲਦੀਆਂ ਨੇ ਅਸ਼ੋਕ ਦੀਆਂ ਸਿਲਾ ਲੇਖਾਂ ਚੋਂ। ਪੁਰਾਣੇ ਜਿਹੜਾ ਇੱਕ ਗ੍ਰੰਥ ਹੈ ਸੰਸਕ੍ਰਿਤ ਦਾ ਲਲਿਤ ਵਿਸਤਾਰ ਜੀ, ਉਹ 60 ਲਿਪੀਆਂ ਦਾ ਵਰਣਨ ਮਿਲਦਾ ਅਤੇ ਉਹ ਲਿਪੀਆਂ ਦਾ ਨਮੂਨਾ ਨਹੀਂ ਉਹਦੇ ਵਿੱਚ ਹੈਗਾ, ਜ਼ਿਕਰ ਜ਼ਰੂਰ ਹੈ। ਅਤੇ ਅੱਜ ਹੋਰ ਧਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪ੍ਰਸਿੱਧ ਕਰਨ ਦੀ ਕਿ ਆਰੀਆ ਲੋਕ ਜਿਹੜੇ ਇੱਥੋਂ ਹੀ ਗਏ ਸਨ ਅਤੇ ਇੱਥੇ ਹੀ ਫਿਰ ਮੁੜ ਕੇ ਆ ਗਏ ਨੇ ਜੀ। ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਇਸ ਸ਼ਰਾਰਤ ਨੂੰ ਸਮਝਣ ਦੀ ਲੋੜ ਆ ਤਾਂ ਕਿ ਇੱਥੇ ਦਾ ਜਿਹੜਾ ਇਤਿਹਾਸ ਆ ਪੁਰਾਣਾ ਲੋਕਾਂ ਨੂੰ ਇਹਦੇ ਨਾਲ ਤੋੜਿਆ ਜਾਵੇ ਅਤੇ ਉਹਨਾਂ ਦੇ ਸਿੱਧੀ ਜਿਹੜੀ ਇਸ ਗੱਲ 'ਚ ਹੀ ਆ ਕਿ ਅਸੀਂ ਕਿਉਂਕਿ ਆਰੀਆ ਧਰਮ ਨੂੰ ਲੋਕ ਮੰਨਦੇ ਨੇ ਪਰ ਆਰੀਆ ਨਸਲ ਦੇ ਨਹੀਂ ਜੀ, ਚਾਹੇ ਜੋ ਮਰਜ਼ੀ ਇਹ ਲੋਕ ਕਹੀ ਜਾਣ, ਹਿੰਦੂ ਸ਼ਬਦ ਜਿਹੜਾ ਵਰਤਦੇ ਨੇ ਕਿ ਇਹ ਧਰਮ ਜਿਹੜਾ ਆ ਚਾਰ ਵਰਨਾਂ ਦਾ ਇਹ ਆਰੀਆ ਲੋਕਾਂ ਦਾ ਚਲਾਇਆ ਹੋਇਆ ਇੱਥੇ ਦੇ ਇੰਡੀਆ ਦੇ ਲੋਕਾਂ ਦਾ ਨਹੀਂ ਹੈ ਜੀ। ਸਾਨੂੰ ਇੱਕ ਪਾਰਸੀਆਂ ਦੀ ਕਿਤਾਬ ਚੋਂ ਵੀ ਮੈਨੂੰ ਪਤਾ ਲੱਗਿਆ ਜੀ ਕਿ ਉਹਨਾਂ ਦੇ ਵੀ ਤਿੰਨ ਵਰਨ ਸੀ ਜੀ। ਐਂਸ਼ੈਂਟ ਰਿਲੀਜਨ ਆਫ ਇਰਾਨ ਨਾਂ ਦੀ ਕਿਤਾਬ ਹੈ ਜੀ, ਅਤੇ ਉਹਦੇ 'ਚੋਂ ਪਤਾ ਲੱਗਿਆ ਕਿ ਉਹ ਪਾਰਸੀ ਵੀ ਮੰਨਦੇ ਸੀਗੇ ਕਿ ਸਾਡੇ ਵੀ ਤਿੰਨ ਵਰਨ ਹੈਗੇ ਆ। ਬ੍ਰਾਹਮਣ ਹੈ ਇਹ ਪਾਰਸੀਆਂ ਦੇ ਵੀ ਸੀਗਾ, ਇਹਨੂੰ ਆਥਰ ਕਹਿੰਦੇ ਸੀ ਵੀ ਉਹ ਪੂਜਾ ਵਗੈਰਾ ਕਰਦਾ ਆ, ਅਗਨੀ ਪੂਜਾ ਕਰਦਾ ਉਹ ਆਥਰ ਕਹਿੰਦੇ ਅੱਗ ਨੂੰ। ਅਤੇ ਇੱਧਰ ਜਿਹੜਾ ਦੂਸਰੇ ਆਰੀਆ ਗਰੁੱਪ ਸੀ ਉਹਨਾਂ ਦਾ ਵੀ ਬ੍ਰਾਹਮਣ ਸ਼ਬਦ ਆ ਇਹ, ਅਤੇ ਸਭ ਨੂੰ ਵਧੀਆ ਬੰਦਾ ਇਹ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਵਧੀਆ ਕਹਿੰਦੇ ਸੀ, ਉਹ ਇਸ ਕਰਕੇ ਉਹਦਾ ਨਾਂ ਉਹਨਾਂ ਨੇ ਬ੍ਰਾਹਮਣ ਦੱਸਿਆ ਵਧੀਆ ਜੀ। ਇਸ ਤਰ੍ਹਾਂ ਉਹਨਾਂ ਦਾ ਦੂਸਰਾ ਲੜਾਈ ਕਰਨ ਵਾਲੇ ਜਿਹੜੇ ਹੁੰਦੇ ਸੀ ਇਰਾਨ ਦੇ ਪਾਰਸੀ ਉਹ ਖਸ਼ਾਤਰੀਆ ਕਹਿੰਦੇ ਸੀ ਉਹਨਾਂ ਨੂੰ। ਇਹ ਸੰਸਕ੍ਰਿਤ ਦੇ ਕਿੰਨਾ ਨੇੜੇ ਸ਼ਬਦ ਹੈ, ਇੱਧਰ ਇੱਕ ਛਤਰੀਆ ਇਹਨਾਂ ਨੇ ਸ਼ਬਦ ਘੜ ਲਿਆ ਜਿਹੜੇ ਫੌਜ ਦੇ ਵਿੱਚ ਲੜਾਈ ਲੜੂਈ ਕਰਨ ਵਾਲੇ ਸੀ। ਇੱਕ ਤਬਕਾ ਹੋਰ ਸੀ ਜਾਂ ਉਹਨਾਂ ਨਾਲ ਉਹ ਬਾਣੀਆਂ ਟਾਈਪ ਸੀਗੇ ਉਹ ਜਿਹੜੇ ਵਪਾਰ ਲੈਣ ਦੇਣ ਕਰਦੇ ਸੀ, ਅਤੇ ਸੰਸਕ੍ਰਿਤ ਵਾਲਿਆਂ ਨੇ ਇਹਦਾ ਉਹਦਾ ਅਰਥ ਕਰਤਾ ਬੈਸ਼ ਜੀ। ਸੋ ਇਸ ਤਰ੍ਹਾਂ ਇਹ ਸ਼ਬਦ ਆਰੀਆ ਦਾ ਉੱਥੇ ਉਹਨਾਂ ਦੋਹਾਂ ਗਰੁੱਪਾਂ 'ਚ ਹੈਗਾ, ਪਾਰਸੀ ਗਰੁੱਪ 'ਚ ਹੀ ਅਤੇ ਸਾਡੇ ਜਿਹੜੇ ਬ੍ਰਾਹਮਣਵਾਦੀ ਲਿਟਰੇਚਰ ਆ ਇਹਦੇ ਵਿੱਚ ਵੀ ਸਾਨੂੰ ਇਹ ਮਿਲਦਾ ਹੈ ਜੀ। ਅਤੇ ਚੌਥਾ ਜਿਹੜਾ ਆ ਜਦੋਂ ਇੱਥੇ ਸਾਡੇ ਹਿੰਦੂ ਵਿਦਵਾਨਾਂ ਦੁਆਰਾ ਦੱਸਿਆ ਗਿਆ ਜਿਵੇਂ ਡਾਕਟਰ ਰਾਧਾ ਕ੍ਰਿਸ਼ਨ ਆ ਅਤੇ ਸਾਡੇ ਵਾਈਸ ਪ੍ਰੈਜੀਡੈਂਟ ਹੋ ਚੁੱਕੇ ਨੇ ਉਹ, ਅਤੇ ਸ਼ੂਦਰ ਜਿਹੜਾ ਇੱਥੇ ਦੇ ਲੋਕ ਜਿਹੜੇ ਕਬੀਲਾ ਦਾ ਨਾਂ ਸੀ ਉਹ ਸਾਰਾ ਇੱਕ ਵਰਨ ਇਹਨਾਂ ਦਾ ਦੇ ਦਿੱਤਾ। ਇਸ ਤਰ੍ਹਾਂ ਇਹ ਚੌਂ ਵਰਨਾਂ ਦਾ ਇਹ ਨਿਬੇੜਾ ਬਣ ਜਾਂਦਾ ਹੈ, ਤਿੰਨ ਉਹਨਾਂ ਦੇ ਆਪਣੇ ਸੀ ਅਤੇ ਚੌਥਾ ਇੱਥੇ ਦੇ ਲੋਕਾਂ ਨੂੰ ਦੇ ਦਿੱਤਾ ਹੈ ਜੀ। ਜੀ ਕਹਿੰਦੇ ਨੇ ਕਿ ਮਨੂ ਨੇ ਜਿਹੜਾ ਕਾਨੂੰਨ ਬਣਾਇਆ
उन्होंने सिलेक्ट किया कि केड़ा बंदा सानू सूट करता। वो मनु जिहड़ा सी वो देसी बंदा सी साडे इन्हां विचों जी, उहनू उन्होंने क्योंकि उन्होंने धर्म च आ गया जो कहते हूँ तो कि जाता ही नहीं है बंदा साडी गल करू ये जी, तो उन्हें फिर उन्होंने हक की गल की है। जेडे पहले बेचारे बसिंदे सीगे इत्थे दे उन्होंने डीग्रेड करता कानून दे भाई ये सेवा ही कर सकते इन्हां नू ना व्यापार का हक आ ना फौज भर्ती होने का हक आ ना पढ़न लिखन का हक आ सिर्फ सेवा ही करनी इन्होंने बस इदा के किते करे तो फिर जो योजे किते करे तो उन्होंने अकल जी कि विकसित हो सकती है। विकसित तो विवेक तो विद्या नाल ही होनी है जी। गुरु ग्रंथ साहब विचों सानू ये मिलती है माधो अविद्या हितकीन विवेक दीप मलीन जी। जे अविद्या यानी नेरा उन्हों कहा विद्या चानन कहा तो वो यह होगा नेरे नाल कि साडा विवेक बुद्धि रूप दूआ दीवा जिहड़ा धुंधला हो जाएगा। तो इस तरह बहुत ही उन्होंने जोर दिता ता कि ज्ञान हासिल पहला करो, ज्ञान हासिल दे मगरों विवेक बुद्धि हासिल करो। विवेक का मतलब ये है थानू विवेचना करनी हो चंगा की है तो माड़ा की है सारा सीख लोगे तो फिर इस बारे जानकारी होगी। विवेक के बारे गुरु साहब बाबे नानक ने कहा विद्या विचारी ते पर उपकारी। विद्या विद का मतलब है विद रूट जिहड़ा संस्कृत का है उस तो बनया हुआ शब्द है। इसका मतलब है नॉलेज जानकारी ज्ञान ज्ञान जी। तो ज्ञान की गुरु ग्रंथ विच बड़ी महानता दिती गई है। बाबा अमरदास जी ये बाणी ज भी आंदा है ज्ञान कारण कर्म अभ्यास कर्म पे हो तब कर्म है नाश जी। क्योंकि ज्ञान जिहड़ा आ ये हासिल करन दी खातर सानू तरद्दद करना पैंदा है, कुछ ना उपाय करना पैंदा है। जदों साडे उपाय ज्ञान हासिल हो गया तो फिर वो सानू खेचल करन दी लोड़ नहीं रहिंदी। उन्होंने एक मिसाल दिती है दुध मथे सियाण, जिस तरह दुध दी घ्यो दी खातर एक सियाणी औरत रिड़क के मक्खन ते फिर घ्यो बना लैंदी है। इस तरह वो मिसाल दिती हैगी आपां वी जिहड़े ज्ञान वाले लोग जिहड़े आ ज्ञान करोगे तुसीं पढ़ोगे विवेकी बनोगे तो तुहाडे कोल वी ये चीज़ जिहड़ी आ जाएगी। ये डी ग्रेड पुणा थोड़े जिसे करके आ कि थोड़े विच विद्या नहीं है, जे तुसीं कर लोगे तो आ जाओ। दूजे पासे बाबा नानक कहिंदे ने पे विद्या तो ठीक है होनी चाहीदी है पर ये ना हो तुसी माड़े काम करो जी। विद्या तो सानू नॉलेज दिंदी आ, चोरी जिहड़ी आ वह भी नॉलेज नाल ही हुंदी आ, जे डाका बजदा वह भी अकल नाल ही हुंदा आ। तो ये चीज़ा जिहड़ियां अपोजिट भी चल पैंदियां ने। तुसी अकल जिहड़ी कित्थे वरतों करदे आ जी, जे तां तुसी कल्याण लई वरतों करदे आ इहदी फिर तां इह ठीक आ जी। जे तुसी डिग्रेड होने लई करदे आ है तां विद्या ही है। विद्या हासिल करो, ज्ञान हासिल करो पर उहदा इस्तेमाल करो लोक भलाई वास्ते, समाज भलाई वास्ते, मनुखी जीवन की तरक्की वास्ते। जिवें हुण तुसी मनु की गल की आ, इस एक पासे असी कहने आ कि सिंधु घाटी सभ्यता दे असी वारस हाँ, असी पंजाबी लोग हाँ, इस खिते दे मूल बछिंदे असी हाँ। ते नाल दी नाल ही तुसी दूसरी गल कर दित्ती आ कि मनु सिमृति जिदे करके शूद्रां नूं हक्कां तों विहुणे कर दिता गया, उन्हां नूं अनेकां तकसीहे अनेकां तकलीफां झलणियां पईआं। ਉਹ ਮਨੂ ਸਿਮ੍ਰਿਤੀ ਜਿਸ ਮਨੂ ਦੇ ਨਾਮ ਤੋਂ ਬਣੀ ਆ, ਉਹ ਮਨੂ ਵੀ ਇੱਥੇ ਦੇ ਹੀ ਬਛਿੰਦਾ ਸੀ। ਜਿਹੜੀਆਂ ਖੇਤਰੀ ਭਾਸ਼ਾਵਾਂ ਦੀ ਆਪਾਂ ਗੱਲ ਕਰਦੇ ਹਾਂ, ਦੇਸੀ ਬੋਲੀਆਂ ਨੇ, ਮੇਰਠ ਰੀਜਨ ਦੀ ਜਿਹੜੀ ਭਾਸ਼ਾ ਸੀ ਖੜੀ ਬੋਲੀ, ਖੜੀ ਬੋਲੀ ਨੂੰ ਜੇ ਧਰਮਾਂ ਮੁਤਾਬਕ ਵੰਡੀਆਂ ਪਾ ਕੇ ਮੁਸਲਮਾਨਾਂ ਨੇ ਉਹਨੂੰ ਉਰਦੂ ਰੂਪ ਦੇ ਦਿੱਤਾ ਅਤੇ ਹਿੰਦੂਆਂ ਨੇ ਉਹਨੂੰ ਹਿੰਦੀ ਰੂਪ ਦੇ ਦਿੱਤਾ। ਇਹ ਕਿਸ ਸਮੇਂ ਦੀ ਗੱਲ ਆ, ਕਿਹੜੀ ਸਦੀ ਦੀ ਗੱਲ ਆ? ਇਹ ਸਾਹਿਤ ਅਕੈਡਮੀ ਜਿਹੜੀ ਦਿੱਲੀ ਦੀ ਵੱਡੀ ਕਿਤਾਬ ਆ, ਹਾਂਜੀ, ਉਹਦੇ ਵਿੱਚ ਵੀ ਲਿਖਿਆ ਹੋਇਆ ਜਦੋਂ ਇੱਥੇ ਉਹ ਡੋਮੀਨੈਂਟ ਹੋਏ ਆ ਮੁਗਲ, ਇੱਥੇ ਆਲਮੀ ਜੇ ਇੱਕ ਬੋਲੀ ਬਣਾ ਦਿੱਤੀ ਇਹਨਾਂ ਨੇ, ਅਰਬੀ ਫਾਰਸੀ ਅਤੇ ਤੁਰਕੀ ਦੇ ਸ਼ਬਦ ਮਿਲੇ ਹੋਏ ਅਤੇ ਵਿੱਚ ਪੰਜਾਬੀ ਦੇ ਜੀ।
ਦੇ ਉਹ ਵਿੱਚ ਲੋਕਲ ਬੋਲੀ ਉਸ ਨੂੰ ਬਣਾ ਕੇ ਉਹਦਾ ਨਾਂ ਰੱਖਦਾ ਉਰਦੂ ਜਾਣੀ ਮਿਲੀ ਜੁਲੀ ਸਰ ਸੱਜਣ ਦਾ ਜਿਹੜਾ ਯੂਪੀ ਦਾ ਸੀ ਉਹਦਾ ਕਿਉਂ ਅਸਰ ਪੋਇਆ ਆ ਕਿਉਂਕਿ ਅੰਗਰੇਜ਼ ਜਿਹੜੇ ਨੇ ਪਰਿਓਂ ਇੱਧਰ ਨੂੰ ਪੰਜਾਬ ਵੱਲ ਨੂੰ ਆਏ ਨੇ ਅਖੀਰ ਵਿੱਚ ਪੰਜਾਬ ਜਿੱਤਿਆ ਉਹਨਾਂ ਨੇ ਉੱਥੇ ਮੁਸਲਮਾਨ ਜਿਹੜੇ ਨਵਾਬਾਂ ਨੇ ਇੱਕ ਬੋਲੀ ਸਥਾਪਿਤ ਕਰ ਦਿੱਤੀ ਸੀ ਅੰਗਰੇਜ਼ਾਂ ਤੋਂ ਪਹਿਲਾਂ ਜੀ ਜਿਹੜੇ ਕਈ ਸਾਨੂੰ ਉਰਦੂ ਸਾਹਿਤ ਦੇ ਵਿੱਚੋਂ ਮਿਲਦਾ ਹੈ ਉਹਦੇ ਕਵੀ ਜਿਹੜੇ ਹੋਏ ਨੇ ਉਹ ਜੌਕ ਦਾ ਨਾਂ ਮਿਲਦਾ ਹੈਗਾ ਇੱਕ ਗਾਲਬ ਦਾ ਵੀ ਨਾਂ ਮਿਲਦਾ ਜੌਕ ਤੋਂ ਪਹਿਲੇ ਵੀ ਹੋਏ ਨੇ ਪਿੱਛੋਂ ਵੀ ਹੋਏ ਨੇ ਉਹਨਾਂ ਨੇ ਉਹਦੇ ਲਈ ਕੰਮ ਕੀਤਾ ਉਹ ਜਿਹੜੀ ਲਿਪੀ ਹੈ ਅਤੇ ਬੋਲੀ ਆ ਲਿਪੀ ਉਹਨਾਂ ਨੇ ਵਰਤੀ ਅਰਬੀ ਵਾਲੀ ਅਤੇ ਬੋਲੀ ਜਿਹੜੀ ਆ ਮੇਰਠ ਡਿਵੀਜ਼ਨ ਦੀ ਵਰਤੀ ਮੇਰਠ ਜਿਹੜੀ ਕਿ ਦਿੱਲੀ ਦੇ ਨੇੜੇ ਪੈਂਦਾ ਜੀ ਉਹਨੂੰ ਕਹਿੰਦੇ ਨੇ ਖੜੀ ਬੋਲੀ ਖੜੀ ਖੜੀ ਬੋਲੀ ਜੀ ਅਤੇ ਮੈਂ ਵੀ ਉਹ ਪੜ੍ਹਿਆ ਹੈਗਾ ਜਿਹੜੀ ਦਿੱਲੀ ਸਾਹਿਤ ਅਕੈਡਮੀ ਦੀ ਕਿਤਾਬ ਛੁੱਪੀ ਆ ਤਿੰਨ ਜਲਦਾਂ ਵਿੱਚ ਆ ਉਹਦੇ ਵਿੱਚ ਵੀ ਇਹ ਉਹਨਾਂ ਨੇ ਖੜੀ ਬੋਲੀ ਲਿਖਿਆ ਜਿਹਨੂੰ ਮੁਸਲਮਾਨਾਂ ਨੇ ਉਰਦੂ ਨਾਂ ਦਿੱਤਾ ਅਤੇ ਹਿੰਦੂਆਂ ਨੇ ਦੇਵਨਾਗਰੀ ਅੱਖਰਾਂ ਵਿੱਚ ਲਿਖ ਕੇ ਉਹਦਾ ਨਾਂ ਹਿੰਦੀ ਦਿੱਤਾ ਇਸੇ ਤਰ੍ਹਾਂ ਇੱਕ ਬੋਲੀ ਜਿਹੜੀ ਆ ਦੋ ਧਰਮਾਂ ਵਿੱਚ ਵੰਡੀ ਗਈ ਜੀ ਅਤੇ ਉਹ ਪ੍ਰਭਾਵ ਜਿਹੜਾ ਆ ਇੱਥੇ ਪੰਜਾਬ ਦੇ ਵਿੱਚ ਵੀ ਮੁਸਲਮਾਨਾਂ 'ਤੇ ਹੋਇਆ ਉਹ ਕਹਿੰਦੇ ਨੇ ਵੀ ਉਰਦੂ ਜਿਹੜਾ ਇਹਦਾ ਬਾਈ ਅਰਬੀ ਲਿਪੀ ਵਾਲਾ ਅਲਫ਼ਬੇ ਵਾਲਾ ਆ ਇਹ ਕੁਰਾਨ ਦੀ ਲਿਪੀ ਆ ਇਹ ਅਤੇ ਉਹ ਕਹਿੰਦੇ ਪੰਜਾਬੀ ਨਹੀਂ ਅਸੀਂ ਪੜ੍ਹਨੀ ਅਤੇ ਇੱਥੇ ਅੰਗਰੇਜ਼ਾਂ ਨੂੰ ਤਾਂ ਚਾਹੀਦਾ ਸੀ ਉਹ ਤਾਂ ਰਾਜ ਕਰਨਾ ਸੀਗਾ ਅਤੇ ਜਿਹੜੇ ਲੋਕ ਚਾਹੁੰਦੇ ਨੇ ਉਹਨਾਂ ਨੇ ਕਰਤਾ ਉਹ ਕੰਮ ਅਤੇ ਉਹਨਾਂ ਨੇ ਜਿਹੜੇ ਨੌਕਰਸ਼ਾਹੀ ਵੀ ਆਈ ਉੱਧਰੋਂ ਹੀ ਆਈ ਸੀ ਉਹਨਾਂ ਦੀ ਇੱਧਰੋਂ ਤਾਂ ਮਗਰੋਂ ਫਿਰ ਲੋਕ ਸਿੱਖਣ ਲੱਗੇ ਨੇ ਅੰਗਰੇਜ਼ੀ ਜੀ ਅਤੇ ਉਰਦੂ ਪਹਿਲਾਂ ਤਾਂ ਇੱਥੇ ਫਾਰਸੀ ਚੱਲਦੀ ਰਹੀ ਆ ਸਿੱਖ ਰਾਜ ਵੇਲੇ ਜੀ ਅਤੇ ਇਸ ਤਰ੍ਹਾਂ ਉਰਦੂ ਜਿਹੜਾ ਆ ਇੱਧਰ ਆ ਗਿਆ ਅਤੇ ਮੁਸਲਮਾਨ ਜਿਹੜੇ ਇਸ ਕਹਿਣ ਲੱਗ ਪਏ ਬਈ ਹਾਂ ਬਈ ਇਹ ਤਾਂ ਅਲਫ਼ਬੇ 'ਚ ਲਿਖੀ ਹੋਈ ਹੈ ਸਾਡੀ ਆ ਇਹ ਜੀ ਅਤੇ ਉਹਨਾਂ ਨੇ ਅੰਗਰੇਜ਼ਾਂ ਨੇ ਇਹੀ ਚਾਲੂ ਕਰਤੀ ਕਿਉਂਕਿ ਜੇ ਆਪਾਂ ਕਹਿੰਦੇ ਹਾਂ ਅੰਗਰੇਜ਼ਾਂ ਨੇ ਫੁੱਟ ਪਾਏ ਬਿਲਕੁਲ ਨਹੀਂ ਹੈ ਜੀ ਇਹ ਤਾਂ ਪਹਿਲਾਂ ਹੀ ਪਾਟੇ ਹੋਏ ਸੀਗੇ ਕਿਉਂਕਿ ਮੁਸਲਮਾਨਾਂ ਦਾ ਰਾਜ ਜਿਹੜਾ ਆ ਖੁੱਸ ਗਿਆ ਸੀ ਜੀ ਉਹਨਾਂ ਨੂੰ ਖੁੱਸਣ ਦਾ ਦੁੱਖ ਜੀ ਅੰਗਰੇਜ਼ਾਂ ਨੇ ਖੋਇਆ ਸੀ ਜੀ ਦੁੱਖ ਤਾਂ ਉਹਨਾਂ ਨੂੰ ਇਹ ਸੀ ਪਰ ਅੰਗਰੇਜ਼ਾਂ ਬੋਲੇ ਮੁਸਲਮਾਨਾਂ ਦੀ ਨਹੀਂ ਚੱਲਦੀ ਸੀ ਮੁਸਲਮਾਨਾਂ ਹਿੰਦੂਆਂ ਨੂੰ ਦੁੱਖ ਇਸ ਗੱਲ ਦਾ ਸੀ ਕਿ ਲਿਪੀ ਜਿਹੜੀ ਸਾਡੀ ਨਹੀਂ ਹੈ ਸਾਡੀ ਤਾਂ ਵੀ ਆਹ ਜਿਹੜੀ ਆ ਕਾਖ ਆ ਇਹ ਲਿਪੀ ਹੈ ਜਿਹਨੂੰ ਦੇਵਨਾਗਰੀ ਕਹਿੰਦੇ ਨੇ ਅੱਜ ਕੱਲ੍ਹ ਹੈ ਵੀ ਇਹ ਨਵੀਂ ਲਿਪੀ ਕੋਈ ਬਹੁਤ ਪੁਰਾਣੀ ਵੀ ਹੈ ਨਹੀਂ ਇਹ ਨੇ ਪੰਜਾਬ ਦੇ ਹਿੰਦੂਆਂ 'ਤੇ ਵੀ ਇਹ ਅਸਰ ਹੋਇਆ ਦੇਖੋ ਨੈਸ਼ਨਲ ਸਾਹਿਤ ਅਕੈਡਮੀ ਦਿੱਲੀ ਦੀ ਕਿਤਾਬ ਆ ਇਹਦੇ ਬਾਰੇ 'ਚ 19ਵੀਂ ਸਦੀ ਵਿੱਚ ਕਿਸ ਤਰ੍ਹਾਂ ਹਿੰਦੂਆਂ ਨੇ ਕਾਨਫਰੰਸ ਕੀਤੀ ਕਿ ਆਪਾਂ ਨੂੰ ਅਲਫ਼ਬੇ ਦਾ ਜਿਹੜਾ ਬਦਲ ਆ ਉਹ ਇਹਦੇ ਵਿੱਚ ਹੋਵੇ ਕਾਖਾ ਦੇ ਵਿੱਚ ਤਾਂ ਕਿ ਆਪਾਂ ਨੂੰ ਮਿਸਾਲ ਮਿਲਦੀ ਹੈ ਕਿ ਮਹਾਰਾਸ਼ਟਰ ਵਿੱਚ ਜਿਹੜੀ ਮਰਾਠੀ ਲਿਖੀ ਜਾਂਦੀ ਸੀ ਉਹ ਮੌੜੀ ਲਿਪੀ ਵਿੱਚ ਸੀ ਜੀ ਉਹਨਾਂ ਨੇ ਅੱਜ ਦੇਵਨਾਗਰੀ 'ਚ ਮਰਾਠੀ ਲਿਖੀ ਜਾਂਦੀ ਹੈ ਅਤੇ ਉਹਦੇ ਮੁਕਾਬਲੇ ਵਿੱਚ ਹਿੰਦੀ ਭਾਸ਼ਾ ਸਾਹਮਣੇ ਆਈ ਇਹ ਤਾਂ ਇਹਦਾ ਕੋਈ ਐਡਾ ਸਬੂਤ ਨਹੀਂ ਮਿਲਦਾ ਕਿ ਆਈ ਆ ਲੋਕ ਉਹਨਾਂ ਵਿੱਚ ਹੀ ਲਿਖਦੇ ਸੀ ਜਿਹੜੀਆਂ ਅਲਫ਼ਬੇ ਆ ਅਲਫ਼ਬੇ ਕਿਉਂਕਿ ਇਹ ਬਹੁਤ ਐਡੀ ਮਸ਼ਹੂਰ ਹੈ ਨਹੀਂ ਇਹ ਜੀ ਇਹ 19ਵੀਂ ਸਦੀ ਦੇ ਪ੍ਰਚਾਰ ਕਰਕੇ ਇਹ ਲਿਪੀ ਲੋਕਾਂ ਵਿੱਚ ਪਰਾਪੇਗੇਟ ਹੋ ਚੁੱਕੀ ਆ ਜੀ ਨਹੀਂ ਤਾਂ ਇਹ ਹੈ ਨਹੀਂ ਸੀ ਕਿਉਂਕਿ ਇਹ ਜਿਹੜੀ ਹੈਗੀ ਆ ਮੇਠ ਦੀ ਬੋਲੀ ਇਹ ਕੋਈ ਬਹੁਤ ਵਿਸ਼ਾਲ ਏਰੀਏ ਦੀ ਬੋਲੀ ਨਹੀਂ ਹੈ ਠੀਕ ਹੈ ਜੀ ਅਸੀਂ ਪੰਜਾਬੀ ਬਾਰੇ ਵੀ ਇਹ ਕਹਿ ਸਕਦੇ ਹਾਂ ਜੀ ਜਿਹੜੀਆਂ ਦੂਸਰੀਆਂ ਪੰਜਾਬ 'ਚ ਬੋਲੀਆਂ ਜਾਂਦੀਆਂ ਨੇ ਉਹ ਇਹਦੀਆਂ ਟਹਿਣੀਆਂ ਨਹੀਂ ਹੈਗਾ ਜੀ ਵੀ ਜੜ ਜਿਹੜੀ ਹੈ ਮਾਝੀ ਬੋਲੀ ਹੋਵੇ ਉਹ ਤਾਂ ਇੱਕ ਕੌਮਨ ਸ਼ਬਦ ਪੈਦਾ ਕੀਤਾ ਗਿਆ ਪੰਜਾਬ ਨੂੰ ਸਾਂਝਾ ਰੱਖਣ ਦੀ ਖਾਤਰ ਜਿਵੇਂ ਪੰਜਾਬ ਹੈ ਤਾਂ ਪੰਜਾਬੀ ਬਣਾ ਲਿਆ ਜੀ ਜੀ ਅਤੇ ਜਿਹੜੀ ਬੋਲੀ ਲਾਹੌਰ ਸਮੇਂ ਰਾਜਧਾਨੀ ਸੀ ਇਸ ਕਰਕੇ ਜਿਹੜੀ ਮਾਝੀ ਬੋਲੀ ਹੈ ਉਹਨੂੰ ਨੈਸ਼ਨਲ ਸੈਂਟਰ ਬੋਲੀ ਮੰਨ ਲਿਆ ਗਿਆ ਪੰਜਾਬ ਦੀ ਹੁਣ ਜੇ ਆਪਾਂ ਕਹੀਏ ਵੀ ਦੁਆਬੀ ਬੋਲੀ ਇਹਦੇ 'ਚੋਂ ਨਿਕਲੀ ਹੈ ਜਾਂ ਮਲਵਈ ਜਾਂ ਪੁਆਧੀ ਜਾਂ ਕੰਢੀ ਦੇ ਏਰੀਏ ਜੀ ਬਿਲਕੁਲ ਝੂਠ ਹੈ ਜੀ ਕਿਉਂਕਿ ਇਹ ਵੀ ਕੁਦਰਤੀ ਬੋਲੀਆਂ ਨੇ ਮੈਂ 1985 ਵਿੱਚ ਜੰਮੂ ਉੱਥੇ ਗਿਆ ਸੀ ਲੈਂਗੁਏਜ ਅਕੈਡਮੀ J&K ਦੀ ਉੱਥੇ ਸਰਦਾਰ ਅਮਰੀਕ ਸਿੰਘ ਮਿਲਿਆ ਉਹਨੇ ਚਾਨਣਾ ਪਾਇਆ ਕਿ ਡੋਗਰੀ ਵਿੱਚ ਇੱਕ ਧੁਨੀ ਆ ਜਿਹੜੀ ਅਣਾਣੇ ਦੀ ਆ ਪਹਿਲਾਂ ਆਉਂਦੀ ਆ ਜੀ ਅਤੇ ਪੰਜਾਬੀ ਵਿੱਚ ਨਹੀਂ ਹੈ ਮੈਂ ਕਿਹਾ ਵਾਕਿਆ ਸਹੀ ਆ ਗੱਲ ਤੁਹਾਡੀ ਜੀ ਕਿਤੇ ਨਹੀਂ ਆਉਂਦੀ
फिर मैनू उन्हें प्रोफेसर शर्मा को भेजा जी कि डोगरी डिपार्टमेंट की जनू यूनिवर्सिटी की प्रोफेसर सी जी ਉਹਦੇ ਕੋਲ ਜਾ ਕੇ ਗੱਲਬਾਤ ਕੀਤੀ ਉਹਨੇ ਇੱਕ ਨੁਕਤਾ ਮੈਨੂੰ ਹੋਰ ਸਮਝਾਇਆ ਜਾਂ ਦੱਸਿਆ ਜੀ ਨੁਕਸ ਕੱਢਿਆ ਪੰਜਾਬੀ ਦਾ ਤੇ ਇੱਕ ਇਹ ਵੀ ਸਰਦਾਰ ਅਮਰੀਕ ਸਿੰਘ ਵਾਲੀ ਵੀ ਗੱਲ ਦੱਸੀ ਵੀ ਤੂੰ ਨੀੜਾਣਾ ਹੈਗੀ ਆ ਜੀ ਉਹ ਕਹਿੰਦੇ ਜਦੋਂ ਹਣ ਸਣ ਕਹਿੰਦੇ ਨੇ ਇਹ ਜਿਹੜਾ ਅਸਿਸਟੈਂਟ ਬਰਵ ਆ ਇਹਦਾ ਜੈਂਡਰ ਨਹੀਂ ਹੈਗਾ ਜੀ ਜਿਸ ਤਰ੍ਹਾਂ ਸਾਡੀ ਡੋਗਰੀ ਵਿੱਚ ਆ ਉਹ ਜੈਂਡਰ ਦੇ ਮੁਤਾਬਕ ਹਨ ਸਣ ਵੀ ਜੀ ਮੈਂ ਕਿਹਾ ਇਹ ਤਾਂ ਮੈਂ ਦੁਆਬੀ ਬੋਲੀ 'ਚ ਵੀ ਹੈਗਾ ਕਿਉਂਕਿ ਜੇ ਉਹਦੇ 'ਚ ਘਾਟ ਆ ਤਾਂ ਦੁਆਬੀ 'ਚ ਹੈਗੀ ਆ ਕਹਿੰਦੀ ਅਸੀਂ ਤਾਂ ਸਟੈਂਡਰਡ ਦੀ ਮੈਂ ਕਿਹਾ ਪੰਜਾਬ ਜਿਹੜਾ ਦੁਆਬਾ ਇਹਦਾ ਹਿੱਸਾ ਨਹੀਂ ਹੈਗਾ ਪੰਜਾਬ ਦਾ ਜੀ ਕਿਉਂਕਿ ਜੇ ਉਹ ਚੀਜ਼ ਦਾ ਕਿਉਂਕਿ ਹਰ ਬੋਲੀ ਵਿੱਚ ਆਪੋ ਆਪਣੇ ਗੁਣ ਹੁੰਦੇ ਨੇ ਮੈਂ ਦੇਖਿਆ ਕਿ ਇਹਦੇ ਵਿੱਚ ਅਸਿਸਟੈਂਟ ਪਰ ਠੀਕ ਹੈ ਜੈਂਡਰ ਦੇ ਅਨੁਸਾਰ ਆ ਇਸ ਤਰ੍ਹਾਂ ਇੱਧਰ ਚਲੇ ਜਾਓ ਇੱਧਰ ਵੀ ਆਪਾਂ ਹਾਲ ਦੇਖ ਸਕਦੇ ਹਾਂ ਕਿ ਜੇ ਮਾਝੇ ਦੀ ਕੋਈ ਘਾਟ ਆ ਜੇ ਇੱਥੋਂ ਸਾਨੂੰ ਗੁਣ ਲੱਭਦਾ ਇੱਥੋਂ ਲੈ ਲਓ ਸਾਨੂੰ ਮਾਲਵੇ ਵਾਲੀ ਪੂਰਾ ਕਰਦੀ ਆ ਜੇ ਸਾਡੇ ਕੋਲ ਕੋਈ ਰੂਟ ਨਹੀਂ ਹੈਗੇ ਸਾਨੂੰ ਦੁਆਬੀ ਚੋਂ ਮਲਵਈ ਚੋਂ ਤੇ ਪੁਆਧੀ ਵਿੱਚੋਂ ਜਾਂ ਕੰਢੀ ਦੀ ਬੋਲੀ ਚੋਂ ਲੈ ਲੈਣੇ ਚਾਹੀਦੇ ਕਿਉਂਕਿ ਇਹ ਵੀ ਪੰਜਾਬ ਆ ਜੀ ਸਾਨੂੰ ਪੰਜਾਬ ਦੇ ਸ਼ਬਦ ਲੈ ਲੈਣੇ ਚਾਹੀਦੇ ਨੇ ਨਾ ਕਿ ਸਾਨੂੰ ਸੰਸਕ੍ਰਿਤ ਚੋਂ ਜਾਂ ਪ੍ਰਕਿਰਤਾਂ ਜਾਂ ਫਾਰਸੀ ਅਰਬੀ ਚੋਂ